ਸੂਹੀ ਸਵੇਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਜੀਤ ਪੇਖੀ। ਸਪੀਕਿੰਗ ਯੂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਪਹੁੰਚੇ ਹੋਏ ਹਾਂ ਕੋਰਡਾ ਕਲਾਂ ਪਿੰਡ ਦੇ ਵਿੱਚ, ਅਤੇ ਇੱਥੋਂ ਦੇ ਨੌਜਵਾਨਾਂ ਨਾਲ ਮਿਲ ਕੇ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਹਿਤ ਦੇ ਵਿੱਚ ਉਹਨਾਂ ਦੀ ਕਿੰਨੀ ਕੁ ਰੁਚੀ ਹੈ, ਕਿਸ ਤਰ੍ਹਾਂ ਦਾ ਸਾਹਿਤ ਉਹ ਪੜ੍ਹਨਾ ਪਸੰਦ ਕਰਦੇ ਨੇ। ਕਿਹਾ ਜਾਂਦਾ ਹੈ ਕਿ ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੋ ਰਹੀ ਹੈ, ਕਿਤਾਬਾਂ ਪ੍ਰਤੀ ਉਹਨਾਂ ਦਾ ਰੁਝਾਨ ਘੱਟ ਰਿਹਾ, ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਹਿਤ ਦੇ ਵਿੱਚ ਰੁਚੀ ਹੈ? ਹਾਂਜੀ। ਅੱਛਾ, ਕਿਸ ਤਰ੍ਹਾਂ ਦਾ ਸਾਹਿਤ ਪੜ੍ਹਨਾ ਪਸੰਦ? ਮੈਂ ਹਰ ਤਰ੍ਹਾਂ ਦਾ ਨੋਵਲ, ਕਹਾਣੀ, ਖੁੱਲ੍ਹੀ ਕਵਿਤਾ ਜਿਵੇਂ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ, ਔਰ ਨਵਿਆਂ ਦੇ ਵਿੱਚੋਂ ਹਰਮਨਜੀਤ, ਰਾਣੀ ਤੱਤ ਵਾਲਾ, ਇਹਨਾਂ ਨੂੰ ਜ਼ਿਆਦਾ ਪਸੰਦ ਕਰਦਾ। ਹੁਣ ਤੱਕ ਕਿੰਨੀਆਂ ਕਿਤਾਬਾਂ ਪੜ੍ਹ ਚੁੱਕੇ? ਮੈਨੂੰ ਯਾਦ ਨਹੀਂ, ਘੱਟੋ ਘੱਟ 150 ਤੋਂ ਪਲੱਸ ਹੀ ਹੋਣੀਆਂ। ਅੱਛਾ, ਕਿਆ ਬਾਤ ਹੈ। ਅੱਛਾ, ਕਿਹਾ ਜਾਂਦਾ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਾਹਿਤ ਤੋਂ ਦੂਰ ਹੋ ਰਹੀ ਹੈ, ਕਿਤਾਬਾਂ ਨਹੀਂ ਪੜ੍ਹ ਰਹੀ, ਕਿੰਨਾ ਕੁ ਯਕੀਨ ਹੈ ਇਸ ਗੱਲ ਦੇ ਵਿੱਚ? ਨਹੀਂ, ਜਿਹੜੇ ਲੱਗਦਾ ਕਿ ਅਸੀਂ ਨਹੀਂ ਪੜ੍ਹਦੇ ਉਹੀ ਇਹੋ ਜਿਹੀਆਂ ਗੱਲਾਂ ਕਰਦੇ ਆ, ਕਿ ਜਿਹੜਾ ਪੜ੍ਹ ਰਿਹਾ ਉਹਨੂੰ ਤਾਂ ਇਹ ਲੱਗਦਾ ਕਿ ਹਾਂਜੀ, ਹਰ ਇੱਕ ਮੁੰਡਾ ਜਿਹੜਾ ਪੜ੍ਹਿਆ ਲਿਖਿਆ ਉਹ ਸਾਹਿਤ ਨਾਲ ਜੁੜਿਆ ਹੋਇਆ, ਉਹ ਚਾਹੇ ਕਿਸੇ ਵੀ ਤਰੀਕੇ ਨਾਲ, ਚਾਹੇ ਸੋਸ਼ਲ ਮੀਡੀਆ 'ਤੇ ਹੈ, ਚਾਹੇ ਲਿਟਰੇਚਰ ਦੇ ਥਰੂ ਹੈ, ਉਹ ਜੁੜਿਆ ਹੋਇਆ ਉਸ ਚੀਜ਼ ਨਾਲ। ਇਹ ਅਸੀਂ ਇਸ ਗੱਲ ਤੋਂ ਨਹੀਂ ਮੁਨਕਰ ਹੋ ਸਕਦੇ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਸਾਹਿਤ ਤੋਂ ਵਾਂਝੇ ਹੋ ਰਹੀ ਹੈ। ਹਾਂ, ਇੱਕ ਇਹ ਗੱਲ ਹੈਗੀ ਹੈ ਕਿ ਦੇਖਣ ਵਾਲੇ ਨੂੰ ਲੱਗਦਾ। ਅੱਛਾ, ਸੋਸ਼ਲ ਮੀਡੀਆ ਦਾ ਕੋਈ ਪ੍ਰਭਾਵ ਪੈਂਦਾ? ਸੋਸ਼ਲ ਮੀਡੀਆ ਦਾ ਬਹੁਤ ਅਸਰ ਹੋ ਰਿਹਾ ਹੈ, ਜਿਵੇਂ ਕਿ ਪੋਜ਼ਿਟਿਵ ਕਿ ਨੈਗੇਟਿਵ? ਨਹੀਂ, ਪੋਜ਼ਿਟਿਵ ਹੀ, ਮੈਂ ਪੋਜ਼ਿਟਿਵ ਲੈ ਕੇ ਚੱਲੂੰਗਾ। ਕਿਵੇਂ? ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਮੈਨੂੰ ਨਹੀਂ ਸਮਝ ਆਉਂਦੀਆਂ ਉਹ ਸੋਸ਼ਲ ਮੀਡੀਆ 'ਤੇ ਸਰਚ ਮਾਰਦੇ ਹਾਂ ਅਤੇ ਉੱਥੋਂ ਦੇਖ ਲੈਂਦੇ ਹਾਂ, ਉਹਦਾ ਮੀਨਿੰਗ ਪਤਾ ਲੱਗ ਜਾਂਦਾ ਹੈ। ਜਿਵੇਂ ਕਿ ਹਰਮਨਜੀਤ ਦੀਆਂ ਹੁਣ ਜਿਹੜੀਆਂ ਨਵੀਆਂ ਪੋਇਮਸ ਆ ਰਹੀਆਂ ਨੇਗੀਆਂ, ਉਹ ਜੇ ਆਮ ਤੌਰ 'ਤੇ ਵੇਖਿਆ ਜਾਵੇ ਤਾਂ ਨਹੀਂ ਸਮਝ ਆਉਂਦੀਆਂ ਕਿ ਉਹਨਾਂ ਦੀ ਵਰਡਿੰਗ ਕੀ ਹੈ, ਪਰ ਜਦੋਂ ਉਹਨੂੰ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ, ਵਾਰ ਵਾਰ ਵੇਖਦੇ ਹਾਂ, ਫਿਰ ਉਹ ਚੀਜ਼ ਦਿਮਾਗ ਦੇ ਵਿੱਚ ਆ ਜਾਂਦੀ ਹੈ ਕਿ ਹਾਂ, ਬੰਦਾ ਵਾਕਈ ਕੀ ਕਹਿਣਾ ਚਾਹੁੰਦਾ। ਆਪਾਂ ਇਹ ਆਪਾਂ ਕਹਿ ਸਕਦੇ ਅੱਗੇ ਵੀ ਗਿਣ ਕੇ ਹੀ ਪੜ੍ਹਨੀਆਂ ਨੇ, ਇਹ ਆਪਾਂ ਨੂੰ ਚੰਗੀ ਲੱਗਦੀ, ਆਪਾਂ ਪੜ੍ਹ ਲਈ ਦੀ ਹੈ। ਸਾਹਿਤ ਦੀ ਮਹੱਤਤਾ ਕੀ ਹੈ ਤੁਹਾਡੇ ਜੀਵਨ ਦੇ ਵਿੱਚ, ਜਾਂ ਕੀ ਬਦਲਾਅ ਆ ਸਾਹਿਤ ਪੜ੍ਹਨ ਤੋਂ ਬਾਅਦ? ਸਾਹਿਤ ਪੜ੍ਹਨ ਤੋਂ ਬਾਅਦ ਥੋੜ੍ਹਾ ਜ਼ਿੰਦਗੀ ਬਾਰੇ ਪਤਾ ਲੱਗ ਗਿਆ, ਲੋਕਾਂ ਬਾਰੇ ਪਤਾ ਲੱਗਦਾ, ਥੋੜ੍ਹਾ ਆਪਣੇ ਆਲੇ ਦੁਆਲੇ ਬਾਰੇ ਪਤਾ ਲੱਗ ਜਾਂਦਾ ਨਾ, ਵੀ ਸਾਹਿਤ ਨਾਲ ਪਤਾ ਲੱਗ ਜਾਂਦਾ ਵੀ ਬੰਦਾ ਕਿੱਦਾਂ ਕੁ ਵੀ ਕੋਈ ਬੰਦੇ ਵੀ ਆਪਣੇ ਸਮਾਜ 'ਚ ਕੀ ਚੱਲ ਰਿਹਾ ਜਾਂ ਕੀ ਹੋਣਾ ਚਾਹੀਦਾ ਜਾਂ ਕਿਵੇਂ ਚਾਹੀਦਾ, ਸਭ ਕੁਛ ਇਹਦੇ ਬਾਰੇ ਆਪਾਂ ਨੂੰ ਨੌਲੇਜ ਆਉਂਦੀ ਹੈ। ਅੱਛਾ, ਕਿਹਾ ਜਾਂਦਾ ਇਹ ਨੌਜਵਾਨ ਪੀੜ੍ਹੀ ਹੈ ਉਹ ਕਿਤਾਬਾਂ ਤੋਂ ਦੂਰ ਹੋ ਗਈ, ਸੱਚਾਈ ਹੈ ਇਸ ਗੱਲ ਦੇ ਵਿੱਚ? ਹਾਂ ਵੀਰੇ, ਬਹੁਤ ਸੱਚਾਈ ਹੈ ਇਹਦੇ ਵਿੱਚ, ਆਪਾਂ ਮੁੱਕਰ ਨਹੀਂ ਸਕਦੇ ਆਪਾਂ ਇਸ ਗੱਲ ਤੋਂ, ਕਿਉਂਕਿ ਜੇ ਦੇਖਿਆ ਜਾਵੇ ਤਾਂ ਜ਼ਿਆਦਾਤਰ ਜਿਹੜੇ ਸਟੂਡੈਂਟ ਨੇ ਜਾਂ ਆਪਣੇ ਨੌਜਵਾਨ ਪੀੜ੍ਹੀ ਲਾ ਲਾ ਵੀ ਉਹ ਕਿਤਾਬਾਂ ਨੂੰ ਭੁੱਲ ਕੇ ਅਤੇ ਮੋਬਾਈਲ ਵੱਲ ਜ਼ਿਆਦਾ ਹੋ ਰਹੇ ਨੇ, ਉਹ ਜਾਂ ਨਸ਼ਿਆਂ ਦੇ ਆਦੀ ਹੋ ਰਹੇ ਆਗੇ, ਕਿਤਾਬਾਂ ਉਹ ਆਪਣਾ ਬੋਝ ਸਮਝਦੇ ਨੇ, ਆਪਣਾ ਕਿਤਾਬਾਂ ਪੜ੍ਹਨੀਆਂ। ਅੱਛਾ, ਕੀ ਕਰਨਾ ਚਾਹੀਦਾ ਉਹਨਾਂ ਨੂੰ ਦੁਬਾਰਾ ਸਾਹਿਤ ਦੇ ਨਾਲ ਜੋੜਨ ਦੇ ਲਈ, ਕੀ ਉਪਰਾਲੇ ਹੋਣੇ ਚਾਹੀਦੇ ਨੇ? ਉਪਰਾਲਾ ਤਾਂ ਇਹੀ ਆ ਵੀ ਉਹਨਾਂ ਨੂੰ ਆਪਣੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਘਰ ਦੀ ਜ਼ਿੰਮੇਵਾਰੀ ਆ ਮਾਂ ਪਿਓ ਦੀ, ਵੀ ਉਹਨਾਂ ਨੂੰ ਥੋੜ੍ਹਾ ਉਹ ਉਸ ਤਰ੍ਹਾਂ ਦਾ ਹੈ ਨਾ ਮਾਹੌਲ ਦੇਣ ਵੀ ਉਹ ਕਿਤਾਬਾਂ ਨਹੀਂ ਉਹਨਾਂ ਦਾ ਲਗਾਵ ਵਧੇ, ਇਸ ਕਰਕੇ ਵੀ ਪਹਿਲਾਂ ਸਭ ਤੋਂ ਪਹਿਲਾਂ ਘਰ ਤੋਂ ਚਾਹੀਦਾ, ਉਦੋਂ ਬਾਅਦ ਫਿਰ ਟੀਚਰਾਂ ਦੀ ਜ਼ਿੰਮੇਵਾਰੀ ਆ, ਉਹ ਵੀ ਉਹਨਾਂ ਨੂੰ ਕਿਤਾਬਾਂ ਬਾਰੇ ਜਾਣਕਾਰੀ ਦੇਣ ਵੀ ਇਹ ਭਾਈ ਚੰਗੀਆਂ, ਇਹ ਤੁਹਾਨੂੰ ਪੜ੍ਹਨੀਆਂ ਚਾਹੀਦੀਆਂ। ਸਾਹਿਤ ਪੜ੍ਹਨਾ ਜ਼ਰੂਰੀ ਕਿਉਂ ਅੱਜ ਦੇ ਸਮੇਂ ਦੇ ਵਿੱਚ? ਕਿਉਂਕਿ ਇੱਕ ਤਾਂ ਇਹ ਗੱਲ ਹੈ ਕਿ ਜਿਹੜੀ ਸਾਡੀ ਲਾਈਫ ਆ ਉਹ ਬੜੀ ਗੁੰਝਲਦਾਰ ਹੋ ਗਈ, ਦੂਸਰੀ ਗੱਲ ਹੈ ਕਿ ਮਨੁੱਖ ਕੋਲ ਇੰਨਾ ਟਾਈਮ ਹੀ ਹੈ ਨਹੀਂ, ਜਾਂ ਮੇਰੇ ਕੋਲ ਇੰਨਾ ਟਾਈਮ ਹੀ ਹੈ ਨਹੀਂ ਕਿ ਮੈਂ ਕਿਸੇ ਨੂੰ ਸਮਝਾ ਸਕਦਾ ਹੋਵਾਂ, 5-10 ਮਿੰਟ ਜਾਂ ਅੱਧਾ ਘੰਟਾ ਜਾਂ 2-4 ਮਿੰਟ ਇੱਕ ਉਹਨਾਂ ਕਿਤਾਬਾਂ ਤੋਂ ਦੇਖ ਕੇ ਸੇਧ ਤਾਂ ਲੈ ਸਕਦੇ ਹਾਂ, ਉਹਨਾਂ ਨੂੰ ਪੜ੍ਹ ਕੇ ਸੇਧ ਲੈ ਸਕਦੇ ਹਾਂ, ਨਹੀਂ ਪੜ੍ਹ ਸਕਦੇ ਤਾਂ ਉਹਨਾਂ ਨੂੰ ਸੁਣ ਕੇ ਸੇਧ ਲੈ ਸਕਦੇ ਹਾਂ, ਕਿਉਂਕਿ ਜਿਹੜੀ ਹੁਣ ਨਵੀਂ ਪੋਇਟਰੀ ਆ ਜਾਂ ਕਹਾਣੀਆਂ ਨੇ ਸੋਸ਼ਲ ਮੀਡੀਆ 'ਤੇ ਉਹ ਇੱਕ ਆਵਾਜ਼ ਦੇ ਵਿੱਚ ਪਾਈਆਂ ਜਾ ਰਹੀਆਂ ਨੇ, ਚਾਹੇ ਕਿਸੇ ਨੂੰ ਮਿਊਜ਼ਿਕ ਦਿੱਤਾ ਗਿਆ ਜਾਂ ਬਿਨਾਂ ਮਿਊਜ਼ਿਕ ਤੋਂ ਨੇ, ਬੰਦਾ ਉਹਨਾਂ ਨੂੰ ਸੁਣ ਸਕਦਾ, ਔਰ ਉਹਨਾਂ ਨੂੰ ਸੁਣ ਕੇ ਜਿਹੜੀਆਂ ਜੀਵਨ ਦੀਆਂ ਗੁੰਝਲਾਂ ਨੇ ਉਹਨਾਂ 'ਚੋਂ ਬਾਹਰ ਨਿਕਲ ਸਕਦੇ। ਪੜ੍ਹ ਕੇ ਬਦਲਾਅ ਤਾਂ ਇਹ ਹੈ ਜੀ, ਇੱਕ ਤਾਂ ਜਿਹੜੀਆਂ ਅੱਜ ਕੱਲ੍ਹ ਤੁਸੀਂ ਸਮਝੋਗੇ ਨੌਜਵਾਨ ਪੀੜ੍ਹੀ ਦੇ ਵਿੱਚ ਨਸ਼ਾ ਵੱਧ ਰਿਹਾ, ਜਾਂ ਆਪਾਂ ਸਮਝ ਲਓ ਵੀ ਗਲਤ ਰੁਝਾਨ ਦੇ ਵੱਲ ਪੈ ਰਹੀ ਆ, ਉਸ ਤੋਂ ਦੂਰੀ ਬਣੀ ਰਹਿੰਦੀ ਹੈਗੀ, ਕਿਤਾਬਾਂ ਪੜ੍ਹਦੇ ਹਾਂ ਆਪਾਂ ਇਹੋ ਜਿਹੀ ਸੇਧ ਮਿਲਦੀ ਹੈਗੀ, ਅਤੇ ਬਾਕੀ ਐਂ ਹੈਗਾ ਨਿੱਤ ਜ਼ਿੰਦਗੀ ਦੇ ਵਿੱਚ ਆ ਜਿਹੜੀਆਂ ਕਿਤਾਬਾਂ ਨੇ ਸਾਨੂੰ ਇੱਕ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਅਦਾ ਮੇਰੇ ਹਿਸਾਬ ਨਾਲ ਰੋਲ ਆ ਜਿਹੜਾ ਉਹ ਕਰਦੀਆਂ ਨੇ ਪੂਰਾ। ਕੀ ਨੌਜਵਾਨਾਂ ਨੂੰ ਦੂਰ ਕਰ ਰਹੀਆਂ ਨੇ ਅੱਜ ਦਾ ਜਿਹੜਾ ਸਮਾਂ, ਸਾਹਿਤ ਤੋਂ ਦੂਰ ਹੋ ਰਹੇ ਨੇ ਨੌਜਵਾਨ? ਹਾਂਜੀ, ਬਹੁਤ ਦੂਰ ਹੋ ਰਹੇ ਨੇ, ਨਿੱਤ ਸੁਣਦੇ ਵੀ ਹਾਂ ਅਖਬਾਰਾਂ ਦੇ ਵਿੱਚ ਵੀ ਐਡਾਂ ਆਉਂਦੀਆਂ ਨੇ ਕਿ ਨੌਜਵਾਨ ਨੇ ਸਾਹਿਤ ਤੋਂ ਦੂਰ ਹੋ ਰਹੇ ਨੇ, ਸੋਸ਼ਲ ਮੀਡੀਆ ਦੇ ਵਿੱਚ ਕੁਛ ਗੰਦਮੰਦ ਦੇ ਰੀਜ਼ਨ ਨੇ, ਕੁਛ ਅੱਜ ਕੱਲ੍ਹ ਨਸ਼ਾ ਜ਼ਿਆਦਾ ਵੱਧ ਰਿਹਾ ਜਿਸ ਕਰਕੇ ਨੌਜਵਾਨ ਨੇ ਸਾਹਿਤ ਤੋਂ ਦੂਰ ਹੋ ਰਹੇ ਨੇ, ਇੰਟਰਸਟ ਆ ਜਿਹੜਾ ਉਹਨਾਂ ਦਾ ਕਿਤਾਬਾਂ ਵੱਲਾ ਉਹ ਘੱਟ ਰਿਹਾ ਗਾ। ਅੱਛਾ, ਕੀ ਕਰਨਾ ਚਾਹੀਦਾ ਕਿ ਇੰਟਰਸਟ ਕਿਤਾਬਾਂ ਵੱਲ ਵਧੇ, ਕੀ ਉਪਰਾਲੇ ਹੋਣੇ ਚਾਹੀਦੇ ਨੇ ਸਾਹਿਤ ਨਾਲ ਜੋੜਨ ਦੇ ਲਈ ਨੌਜਵਾਨ ਪੀੜ੍ਹੀ ਨੂੰ? ਉਪਰਾਲੇ ਤਾਂ ਸਰਕਾਰ ਨੂੰ ਚਾਹੀਦਾ ਕਿ ਇੱਕ ਕਮੇਟੀ ਗਠਿਤ ਕਰਨੀ ਚਾਹੀਦੀ ਆ, ਪਿੰਡੀ ਪਿੰਡੀ ਲਾਇਬ੍ਰੇਰੀ ਖੋਲ੍ਹਣੀ ਚਾਹੀਦੀ ਹੈਗੀ, ਜਿਹਦੇ ਕਰਕੇ ਕਿਤਾਬਾਂ ਵੱਲ ਰੁਝਾਨ ਆਵੇ, ਸੋਸ਼ਲ ਮੀਡੀਆ
ਸਪੈਸ਼ਲ ਉਹ ਆਪਦਾ ਪੇਜ ਖੋਲ੍ਹਣ ਜਿਹਦੇ ਨਾਲ ਕਿਤਾਬਾਂ ਵੱਲ ਪ੍ਰੇਰਿਆ ਜਾਵੇ। ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਹੈਗਾ ਗਾ, ਜਿਵੇਂ ਫੇਸਬੁੱਕ ਦੇ ਉੱਪਰ ਸੂਰਜ ਪ੍ਰਕਾਸ਼ ਹੈਗਾ, ਇਹ ਕਿਤਾਬਾਂ ਬਹੁਤ ਵਧੀਆ ਅਤੇ ਆਈਡੀਅਲ ਛਪਦੇ ਨੇ। ਨਵੀਆਂ ਜੋ ਰਾਈਟਰ ਹੈਗਾ ਉਹਨਾਂ ਦੇ ਨਵੀਆਂ ਕਿਤਾਬਾਂ ਨੇ ਜਿਹੜੀਆਂ ਉਹ ਆਪਦੀ ਐਡ ਦੇ ਰਹੇ ਨੇ, ਬਹੁਤ ਵਧੀਆ ਪ੍ਰੇਰਨਾ ਇਹਦੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਮਹੱਤਤਾ ਜੀ। ਅਤੇ ਆਪਾਂ ਨੂੰ ਇਹ ਸੇਧ ਦਿਖਾਉਂਦਾ ਜੀ ਇੱਕ ਵੀ ਆਪਾਂ ਵੀ ਕਿੱਧਰ ਨੂੰ ਜਾ ਰਹੇ ਹਾਂਗੇ ਜਾਂ ਕਿੱਧਰ ਆਪਣਾ ਸਮਾਜ ਜਾ ਰਿਹਾ ਹੈਗਾ ਜੀ, ਚੰਗਾ ਜਾਂ ਮਾੜਾ ਜੀ। ਇਹ ਤੋਂ ਕਿਤਾਬਾਂ ਤੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈਗਾ ਜੀ। ਸਾਹਿਤ ਵਧੀਆ ਹੋਵੇ ਜਿਹੜਾ, ਮੰਨ ਲਓ ਵੀ ਕੋਈ ਸੇਧ ਦੇਣ ਵਾਲਾ ਹੋਵੇ ਲੋਕਾਂ ਨੂੰ, ਸਾਨੂੰ ਨੌਜਵਾਨ ਪੀੜ੍ਹੀ ਨੂੰ ਜਿਹੜਾ ਸੇਧ ਦੇਣਾ ਉਹ ਪੜ੍ਹਦੇ ਹਾਂ, ਮੈਂ ਚਿੱਟਾ ਜਾਂ ਦੂਜਾ ਉਹ ਸੇਧ ਨੂੰ। ਅੱਛਾ, ਕਿੰਨੀਆਂ ਕਿਤਾਬਾਂ ਹੁਣ ਤੱਕ ਪੜ੍ਹ ਚੁੱਕੇ? ਕਿਤਾਬਾਂ ਤਾਂ ਮੈਂ 100 ਤੋਂ ਪਾਰ ਕਰ ਗਿਆ ਤਾਂ ਪੜ੍ਹ ਗਿਆ, ਪਰ ਜ਼ਿਆਦਾ ਮੈਨੂੰ ਸਭ ਤੋਂ ਵੱਧ ਪਸੰਦ ਬਲਦੇਵ ਸਿੰਘ ਸ਼ਟਕਨਾਮਾ, ਉਹ ਜ਼ਿਆਦਾ ਮੈਨੂੰ ਪਸੰਦ ਆਏ ਸਭ ਤੋਂ ਵੱਧ ਪੜ੍ਹਨ ਵਿੱਚ। ਅਤੇ ਰਾਮ ਸਰੂਪ ਅਣਖੀ ਉਹਨਾਂ ਦੀਆਂ ਪੜ੍ਹੀਆਂ ਬਹੁਤ, ਅਤੇ ਹੋਰ ਪ੍ਰਭਜੋਤ ਕੌਰ ਦੀਆਂ, ਅਤੇ ਹੋਰ ਕਾਫੀ ਪੜ੍ਹੀਆਂ। ਮਤਲਬ ਜਿਹੜੇ ਅੱਜ ਦੇ ਨੌਜਵਾਨ ਨੇ, ਹੈ ਨਾ, ਕਿਹਾ ਜਾਂਦਾ ਕਿ ਸਾਹਿਤ ਤੋਂ ਜਿਹੜੇ ਦੂਰ ਹੁੰਦੇ ਜਾ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਬਾਕੀ ਤੁਸੀਂ ਜਾਂਦੇ ਰਹਿੰਦੇ ਹੋ, ਮਤਲਬ ਲਾਇਬ੍ਰੇਰੀ ਗਏ ਹੋ ਜਾਂ ਕਿਤਾਬਾਂ ਪੜ੍ਹਦੇ ਹੋ, ਤੁਸੀਂ ਦੇਖਦੇ ਹੋਣੇ ਆਪਣੇ ਸਰਕਲ ਦੇ ਵਿੱਚ, ਕਿ ਬਾਕੀ ਇਹ ਗੱਲ 'ਚ ਕਿੰਨੀ ਕੁ ਸੱਚਾਈ ਹੈ ਕਿ ਨੌਜਵਾਨ ਜਿਹੜੇ ਆ ਉਹ ਸਾਹਿਤ ਤੋਂ ਦੂਰ ਹੋ ਗਏ? ਨੌਜਵਾਨ ਸਾਹਿਤ ਤਾਂ ਅਸਲ ਜਿਹੜਾ ਸੋਸ਼ਲ ਮੀਡੀਆ ਜਾਂ ਮੋਬਾਈਲਾਂ ਨੇ ਉਹਨਾਂ ਨੇ ਮਤਲਬ ਕਿ ਇਹਦੇ ਨੂੰ ਦੂਰ ਕਰਤਾ, ਉਹ ਤਾਂ ਦੂਰ ਵਾਲਾ 'ਚ ਤਾਂ ਪ੍ਰੋਗਰਾਮ ਦੇਖਦੇ ਆ, ਹੋਰ ਗਾਣੇ ਹੋਰ ਐਸੇ ਦੇਖਦੇ ਆ, ਅਤੇ ਸਾਹਿਤ ਪ੍ਰੋਗਰਾਮ ਜਿਵੇਂ ਹੁਣ ਲਾਉਣੀ ਚਾਹੀਦੀਆਂ ਸਟਾਲਾਂ ਵਗੈਰਾ, ਹੋਰ ਜਿਹੜੇ ਸਾਹਿਤ ਪ੍ਰੋਗਰਾਮ ਕਰਨੇ ਚਾਹੀਦੇ ਨੇ ਵੱਧ ਤੋਂ ਵੱਧ, ਜੇ ਕਰਾਂਗੇ ਤਾਂ ਨੌਜਵਾਨ ਮੁੜ ਸਕਦੇ ਨੇ ਇੱਧਰ ਨੂੰ, ਆ ਸਕਦੇ ਨੇ, ਕਿਤਾਬਾਂ ਪ੍ਰੇਰਿਤ ਹੋਰ ਕਰ ਸਕਦੇ ਨੇ। ਥੋੜ੍ਹਾ ਜਿਹਾ ਸਾਹਿਤ ਦਾ ਜਿਹੜਾ ਕਰਨ ਦਾ ਉਹਨੂੰ ਪ੍ਰਫੁੱਲਿਤ ਕਰਨ ਦੀ ਹੈ, ਸਰਕਾਰ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਪੀੜ੍ਹੀ ਆ ਉਹ ਸਾਹਿਤ ਤੋਂ ਦੂਰ ਹੋ ਰਹੀ ਹੈ ਦਿਨ ਦਿਨ, ਨੌਜਵਾਨ ਪੀੜ੍ਹੀ ਜਿਹੜੇ ਨੇ ਉਹ ਸਾਹਿਤ ਘੱਟ ਪੜ੍ਹ ਰਹੇ ਨੇ ਕਿਸੇ ਮਿਊਜ਼ਿਕ ਦੇ ਵਿੱਚ। ਨਹੀਂ, ਪੜ੍ਹਨ ਵਾਲੇ ਤਾਂ ਪੜ੍ਹਦੇ ਵੀ ਨੇ, ਜਿਨ੍ਹਾਂ ਨੂੰ ਸਮਝ ਆ ਮਾਲਕ ਦੀ ਅਕਲ ਬਖਸ਼ੀ ਹੈ ਨਾ, ਉਹ ਪੜ੍ਹਦੇ ਵੀ ਨੇ, ਜਿਨ੍ਹਾਂ ਨੂੰ ਸਰਦ ਮੋਬਾਈਲ 'ਤੇ ਬੈਠਣਾ ਮੋਬਾਈਲ 'ਤੇ ਹੀ ਬਹਿੰਦੇ ਨੇ, ਹੈ ਨਾ। ਪਰ ਵੀ ਅਸਲ ਦੇ ਵਿੱਚ ਵੀ ਮਨੁੱਖ ਅੱਗੇ ਨੂੰ ਸਿਆਣਾ ਹੁੰਦਾ ਜਾ ਰਿਹਾ ਕੁਛ ਹੱਦ ਤੱਕ, ਕੁਛ ਹੱਦ ਤੱਕ ਉਦੋਂ ਕਾਮਲਾ ਵੀ ਹੁੰਦਾ ਜਾ ਰਿਹਾ, ਦੋਵੇਂ ਪਾਸੇ ਨੇ ਇਸ ਪਹਿਲੂ ਦੇ, ਵੀ ਕੋਈ ਮੋਬਾਈਲਾਂ ਦੇ ਵਿੱਚ ਵੀ ਰੁੱਝ ਰਹੇ ਨੇ, ਕਈਆਂ ਨੂੰ ਇੰਨੀ ਕੁ ਅਕਲ ਆ ਗਈ ਵੀ ਉਹ ਕਿਤਾਬਾਂ ਨਾਲ ਪਿਆਰ ਪਾਉਣ ਲੱਗ ਗਏ, ਉਹਨੂੰ ਲੱਗ ਗਿਆ ਵੀ ਪੜ੍ਹਨਾ ਚਾਹੀਦਾ ਯਾਰ, ਕੁਛ ਹੈਗਾ ਯਾਰ, ਬੰਦਾ ਸੰਤੁਸ਼ਟੀ ਹੋਣ ਲੱਗ ਗਏ, ਕਈਆਂ ਦੀ ਕਈ ਫੋਨ ਨਾਲ ਸੰਤੁਸ਼ਟ ਨੇ, ਆਪੋ ਆਪਣਾ ਰਹਿਣ ਦਾ ਤਰੀਕਾ ਮੰਨ ਲਓ, ਜਿਉਣ ਦਾ ਤਰੀਕਾ ਮੰਨ ਲਓ, ਬਸ ਇਹ ਗੱਲਾਂ ਨੇ ਵੀਰ ਜੀ। ਅੱਛਾ, ਅਤੇ ਜਿਹੜੇ ਨੌਜਵਾਨ ਨਹੀਂ ਸਾਹਿਤ ਨਾਲ ਜੁੜੇ ਹੋਏ, ਉਹਨਾਂ ਨੂੰ ਜੋੜਨ ਲਈ ਕੀ ਕੀ ਕਾਰਜ ਕਰਨੇ ਚਾਹੀਦੇ ਨੇ, ਕੀ ਹੋਣਾ ਚਾਹੀਦਾ? ਕਾਰਜ ਅਸਲ ਦੇ ਵਿੱਚ ਸਰਕਾਰ ਕਹਿੰਦੀ ਆ ਵੀ ਨਸ਼ੇ ਬੰਦ ਕਰੋ, ਕੋਹੜ ਵੱਢੋ, ਫਲਾਣਾ ਕਰੋ, ਪ੍ਰਚਾਰ ਕਰਦੀ ਆ ਵੀ ਸਾਨੂੰ ਸਮਗਲਰ ਫੜਾਓ, ਅਸਲ ਦੇ ਵਿੱਚ ਸਰਕਾਰ ਹੀ ਨਸ਼ਾ ਵਿਕਾਊਗਾ, ਸਭ ਨੂੰ ਪਤਾ ਇਹਨਾਂ ਦੀ ਬੰਦੇ ਨੇ, ਉਸੇ ਤਰ੍ਹਾਂ ਹੀ ਕਿਤਾਬਾਂ ਦਾ ਹਾਲ ਆ, ਪ੍ਰਚਾਰ ਕਰਨ ਨਾਲ ਕੋਈ ਕਿਸੇ ਦੇ ਮਗਰ ਨਹੀਂ ਲੱਗਦਾ, ਠੀਕ ਆ, ਕੋਈ ਕਿਸੇ ਨੂੰ ਉਹ ਨਹੀਂ ਕਰਦਾ, ਠੀਕ ਆ, ਜਿਹਦਾ ਮਨ ਅੰਦਰੋਂ ਕਰੂਗਾ ਰੂਹ ਕਰੂਗੀ ਵੀ ਮੈਂ ਆਪਣੇ ਆਪ ਦੇ ਵਿੱਚ ਬਦਲਾਅ ਲਿਆਉਣਾ ਗਾ, ਵੀ ਮੈਂ ਕੁਛ ਚੰਗਾ ਕਰਨਾ ਸਮਾਜ ਦੇ ਵਿੱਚ, ਮੇਰੀ ਅਲੱਗ ਦਿੱਖ ਹੋਣੀ ਚਾਹੀਦੀ ਆ, ਇਸ ਤਰੀਕੇ ਨਾਲ ਸਮਾਜ ਆਪਣੇ ਆਪ ਨੂੰ ਬਦਲ ਸਕਦਾ। ਪ੍ਰਚਾਰ ਕਰਨਾ ਮੈਂ ਨਹੀਂ ਸਮਝਦਾ ਵੀ ਕੋਈ ਕਿਸੇ ਦਾ ਬਦਲਾਅ ਹੋ ਜੂ ਜਾਂ ਉਹ ਹੋ ਜੂ, ਪ੍ਰਚਾਰ ਤਾਂ ਬਹੁਤ ਚੀਜ਼ਾਂ ਦਾ ਹੋਈ ਜਾਂਦਾ ਵੀਰ ਜੀ ਤੁਹਾਡੇ ਸਾਹਮਣੇ, ਹੈ ਨਾ, ਇਹ ਚੀਜ਼ਾਂ ਨਾਲ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ ਪ੍ਰਚਾਰ ਦੇ, ਮਨੁੱਖ ਆਪਣੇ ਆਪ ਨੂੰ ਆਪਣੇ ਆਪ 'ਚੋਂ ਅੰਦਰੋਂ ਪਛਾਣੇ ਤਾਂ ਚੰਗਾ ਰਹੂ। ਮੈਂ ਕਹਿੰਦਾ ਜੀ ਵੀ ਜਿੰਨਾ ਆਪਾਂ ਕਿਤਾਬਾਂ ਤੋਂ ਸਿੱਖਦੇ ਹਾਂ ਇੰਨਾ ਕਿਤੋਂ ਨਹੀਂ ਸਿੱਖ ਸਕਦੇ, ਆਪਾਂ ਨੂੰ ਜ਼ਿਆਦਾਤਰ ਆਪਾਂ ਨੂੰ ਪਤਾ ਹੀ ਕਿਤਾਬਾਂ ਤੋਂ ਲੱਗਦਾ ਵੀ ਹਾਂ ਕੀ ਆ, ਆਪਣੇ ਲੋਕ ਕੀ ਨੇ ਕਿਤਾਬਾਂ ਨੂੰ ਪਿੱਛੇ ਹਟ ਰਹੇ ਨੇ ਪੜ੍ਹਨ ਤੋਂ, ਇੱਦਾਂ ਸਾਹਿਤ 'ਚ ਉਹ ਨਹੀਂ ਕਰ ਰਹੇ, ਗਲਤ ਪਾਸੇ ਜਾ ਰਹੇ ਨੇ, ਜਦਕਿ ਜ਼ਿੰਦਗੀ ਨੂੰ ਸਹੀ ਸੇਧ ਦੇਣੀ ਆ ਜੇ ਆਪਾਂ ਸਹੀ ਪਾਸੇ ਜਾਣਾ ਤਾਂ ਉਹ ਚੀਜ਼ ਵਾਸਤੇ ਆਪਾਂ ਨੂੰ ਕਿਤਾਬਾਂ ਜ਼ਰੂਰੀ ਨੇ। ਅੱਛਾ, ਕਿਉਂ ਕਿਤਾਬਾਂ ਦੂਰ ਜਾ ਰਹੀ ਹੈ ਨੌਜਵਾਨ ਪੀੜ੍ਹੀ? ਆਪਾਂ ਕਹਿ ਸਕਦੇ ਹਾਂ, ਕੁਛ ਤਾਂ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ, ਨੌਲੇਜ ਦੀ ਮੇਨ ਗੱਲ ਇਹ ਘਾਟ ਆ, ਤੁਹਾਨੂੰ ਪਿੰਡ ਪਿੰਡ 'ਚ ਠੇਕਾ ਮਿਲ ਜੂ, ਸ਼ਰਾਬਾਂ ਸ਼ਰੂਬਾਂ ਮਿਲ ਜਾਣਗੀਆਂ, ਨਸ਼ੇ ਪੱਤਿਆਂ ਵਾਲੀਆਂ ਦੁਕਾਨਾਂ ਮਿਲ ਜਾਣਗੀਆਂ ਤੁਹਾਨੂੰ, ਪਰ ਕਿਤੇ ਲਾਇਬ੍ਰੇਰੀ ਕਿਸੇ ਟਾਵੇਂ ਪਿੰਡ 'ਚ ਹੁੰਦੀ ਆ, ਜਿਹੜੇ ਪਿੰਡ ਜ਼ਿੰਮੇਵਾਰ ਕੌਣ ਹੈ? ਲਾਇਬ੍ਰੇਰੀ ਨਹੀਂ ਹੈਗੀ ਪਿੰਡਾਂ ਦੇ ਵਿੱਚ, ਕੌਣ ਜ਼ਿੰਮੇਵਾਰ ਆ? ਪਿੰਡ ਦੇ ਲੋਕ, ਯੂਥ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਜੀ ਵੀ ਹਾਂ ਕੀ ਚੀਜ਼ ਆ, ਜੇ ਉਹਨਾਂ ਨੂੰ ਜਾਣਕਾਰੀ ਹੋਵੇ, ਸਹੀ ਪਤਾ ਹੋਵੇ ਵੀ ਹਾਂ ਆਪਾਂ ਨੂੰ ਕੀ ਇੱਧਰ ਜਾਣਾ ਚਾਹੀਦਾ, ਕੋਈ ਸਹੀ ਸੇਧ ਦੇਣ ਵਾਲਾ ਹੋਵੇ ਤਾਂ ਮੇਨ ਇਹੋ ਆ। ਅੱਛਾ, ਕੀ ਉਪਰਾਲੇ ਹੋਣੇ ਚਾਹੀਦੇ ਨੇ ਕਿ ਪਿੰਡ ਪਿੰਡ ਲਾਇਬ੍ਰੇਰੀ ਹੋਵੇ, ਨੌਜਵਾਨ ਕਿਤਾਬਾਂ ਪੜ੍ਹਨ? ਜ਼ਿੰਮੇਵਾਰੀ ਅਸਲ ਜੇ ਆਪਾਂ ਦੇਖੀਏ ਤਾਂ ਆਪਣੇ ਸਾਰਿਆਂ ਨੂੰ ਜ਼ਰੂਰੀ ਆ ਯੂਥ ਦੀ ਜ਼ਿੰਮੇਵਾਰੀ, ਜਿੱਧਰ ਯੂਥ ਜਾਊਗਾ ਤਾਂ ਉਸ ਤਰਫ ਪਿੰਡ ਜਾਊਗਾ, ਜੇ ਯੂਥ ਪਹਿਲਾਂ ਸਹੀ ਕੰਮ ਕਰੂਗਾ ਸਹੀ ਤਰਫ ਜਾਊਗਾ ਤਾਂ ਅੱਗੇ ਜਿਹੜੇ ਛੋਟੇ ਬੱਚੇ ਨੇ ਤਾਂ ਉਹ ਸਿੱਖਣਗੇ। ਤੁਸੀਂ ਮੰਨ ਲਓ ਸਾਡੇ ਪਿੰਡ 'ਚ ਵੀ ਜੇ ਇੱਕ ਬੰਦਾ ਪਲੇਅਰ ਨਿਕਲਿਆ ਕਬੱਡੀ ਦਾ ਸੀਰਾ, ਤੁਹਾਨੂੰ ਪਤਾ, ਉਹਦੇ ਦੇਖ ਕੇ ਉਹਨੂੰ ਦੇਖ ਕੇ ਮੁੰਡੇ ਛੋਟੇ ਨੇ ਜਿਹੜੇ ਬੱਚੇ ਨੇ ਉਹ ਕਬੱਡੀ ਵੱਲ ਜਾ ਰਹੇ, ਜਿੱਧਰ ਪਹਿਲਾਂ ਆਪਣਾ ਨੌਜਵਾਨ ਪੀੜ੍ਹੀ ਜਾਊਗੀ, ਜੇ ਕੋਈ ਪਿੰਡ 'ਚ ਵਧੀਆ ਲਿਖਣ ਵਾਲਾ ਹੋਊਗਾ, ਕੋਈ ਉਹ ਹੋਊਗਾ, ਕੋਈ ਵਧੀਆ ਰਾਈਟਰ ਹੋਊਗਾ, ਤਾਂ ਉਹਨੂੰ ਦੇਖ ਕੇ ਬੱਚੇ ਸਿੱਖਣਗੇ ਵੀ ਹਾਂ ਆਪਾਂ ਵੀ ਪੜ੍ਹਿਆ ਕਰੀਏ ਕੁਛ, ਆਪਾਂ ਸਿੱਖਿਆ ਕਰੀਏ, ਤਾਂ ਉੱਧਰ ਚੱਲੇ ਜਾਂਦੇ ਨੇ ਬੱਚੇ। ਜੇ ਹੁਣ ਜਿੱਧਰ ਜਿਵੇਂ ਆਪਣੇ ਮੋੜਾਂ 'ਤੇ ਬੈਠੇ ਰਹਿੰਦੇ ਨੇ ਉਹਨਾਂ ਨੂੰ ਦੇਖ
ਤਾਂ ਤਾਂ ਹੀ ਬੱਚੇ ਅੱਗੇ ਨੌਜਵਾਨ ਪੀੜ੍ਹੀ ਦੇ ਪਿੱਛੇ ਲੱਗ ਕੇ ਨਾ ਸਾਰਾ ਪਿੰਡ ਨੇ ਚੱਲਣਾ ਹੁੰਦਾ। ਜੋ ਨੌਜਵਾਨ ਪੀੜ੍ਹੀ ਅਲੱਗ ਪਾਸੇ ਚੱਲ ਪੈਂਦੀ ਆ, ਕਿਸੇ ਗਲਤ ਸਾਈਡ ਚੱਲ ਜਾਂਦੀ ਆ, ਤਾਂ ਉਸ ਤੋਂ ਬਹੁਤ ਵੱਡਾ ਪ੍ਰਭਾਵ ਪੈਂਦਾ ਪਿੰਡ 'ਤੇ। ਜੀ ਬਿਲਕੁਲ। ਅੱਛਾ ਦੋਸਤੋ, ਤੁਹਾਡਾ ਇਸ ਬਾਰੇ ਕੀ ਮੰਨਣਾ ਹੈ ਕਿ ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਕਿਉਂ ਹੋ ਰਹੀ ਹੈ, ਜਾਂ ਵਾਪਸ ਨੌਜਵਾਨਾਂ ਦੀ ਰੁਚੀ ਸਾਹਿਤ ਦੇ ਵਿੱਚ ਲਿਆਉਣ ਲਈ ਸਾਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ, ਕੀ ਸਾਡੀ ਜ਼ਿੰਮੇਵਾਰੀ ਬਣਦੀ ਹੈ? ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਰੱਖਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ। ਦੋਸਤੋ, ਸੂਈ ਸਵੇਰ ਲੋਕ ਪੱਖੀ ਮੀਡੀਆ ਅਦਾਰਾ ਹੈ। ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ, ਬਚੀ ਰਹੇ, ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡਾ ਮੀਡੀਆ ਨਹੀਂ ਕਵਰ ਕਰਦਾ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ, ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।